ਇੱਕ ਤੂਫਾਨ ਸੀ ਜਿਹਦਾ ਤੂਫਾਨ ਜਿਹਦਾ ਸਾਰਾ ਹੀ ਸਾਰੀਆਂ ਪਾਰਟੀਆਂ ਦਾ ਫਰਕ ਪਿਆ। ਜੋ ਬਾਦਲ ਸਾਹਿਬ ਦੀ ਪੋਲੀਟਿਕਸ ਹੈ ਉਹ ਜਿੱਤ ਹਾਰਨਾ ਨਿਰਭਰ ਨਹੀਂ ਸੀ, ਨਾ ਕੋਈ ਮੁੱਖ ਮੰਤਰੀ ਬਣਨਾ ਨਿਰਭਰ ਸੀ। ਸ਼ਾਇਦ ਸਾਡੇ 'ਚ ਕੋਈ ਕਮੀਆਂ ਹੋਣੀਆਂ ਜਿਹੜੀਆਂ ਅਸੀਂ ਦੇਖ ਨਹੀਂ ਸਕੇ ਜਾਂ ਸਮਝ ਨਹੀਂ ਸਕੇ, ਭਾਵੇਂ ਪਾਵਰ ਹੈ ਜਾਂ ਨਹੀਂ। ਦੇਖੋ ਜੰਗਾਂ ਜਿੱਤੀਆਂ ਜਾਂਦੀਆਂ, ਜੰਗਾਂ ਹਾਰੀਆਂ ਵੀ ਜਾਂਦੀਆਂ, ਪਰ ਫੌਜਾਂ ਕਾਇਮ ਰਹਿੰਦੀਆਂ। ਸ਼੍ਰੋਮਣੀ ਅਕਾਲੀ ਦਲ ਦਾ ਫੌਜ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਜੋ ਕੱਲ੍ਹ ਨਤੀਜੇ ਪੰਜਾਬ 'ਤੇ ਆਏ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਮੁੱਚੇ ਵਰਕਰਾਂ ਤਰਫੋਂ ਅਸੀਂ ਐਕਸੈਪਟ ਕਰਦੇ ਹਾਂ ਜੋ ਆਇਆ। ਅਸੀਂ ਜਨਤਾ ਦੀ ਆਵਾਜ਼, ਰੱਬ ਦੀ ਆਵਾਜ਼ ਮੰਗੂ ਹੈ ਅਤੇ ਅਸੀਂ ਸਿਰ ਝੁਕਾ ਕੇ ਅੱਜ ਨਤੀਜਿਆਂ ਨੂੰ ਐਕਸੈਪਟ ਕਰਦੇ ਹਾਂ। ਅਸੀਂ ਪਾਰਟੀ ਦੀ ਮੀਟਿੰਗ ਵੀ ਸੱਦੀ ਹੈ ਜਿੱਥੇ ਅਸੀਂ ਪੂਰੇ ਸਾਰੇ ਵਿਚਾਰ ਵੀ ਕਰਾਂਗੇ। ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ। ਮੈਂ ਭਗਵੰਤ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ CM ਚਿਹਰੇ ਆ, ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਉਹਨਾਂ ਨੂੰ ਪਾਰਟੀ ਨੂੰ ਵੀ ਦਿੰਦਾ, ਕਿਉਂਕਿ ਜੰਗ ਵਿੱਚ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ। ਸ਼ਾਇਦ ਸਾਡੇ 'ਚ ਕੋਈ ਕਮੀਆਂ ਹੋਣੀਆਂ ਜਿਹੜੀਆਂ ਅਸੀਂ ਦੇਖ ਨਹੀਂ ਸਕੇ ਜਾਂ ਸਮਝ ਨਹੀਂ ਸਕੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕਮੀਆਂ ਨੂੰ ਦੂਰ ਕਰੀਏ। ਅੱਗੇ ਤੋਂ ਸਾਡੀ ਪੂਰੀ ਸਪੋਰਟ ਰਹੂਗੀ ਆਮ ਆਦਮੀ ਪਾਰਟੀ ਨੂੰ ਜੋ ਪੋਜ਼ਿਟਿਵ ਗੱਲ ਕਰਨਗੇ, ਪਰ ਐਜ਼ ਔਰ ਓਪੋਜੀਸ਼ਨ ਜੇ ਜਿੱਥੇ ਵੀ ਕਮੀਆਂ ਹੋਣਗੀਆਂ ਅਸੀਂ ਉਹ ਕਮੀਆਂ ਵੀ ਉਠਾਵਾਂਗੇ। ਸ਼੍ਰੋਮਣੀ ਅਕਾਲੀ ਦਲ ਜਿਵੇਂ ਮੈਂ ਕਿਹਾ ਹੈ, ਪੰਜਾਬੀਆਂ ਦੀ ਆਵਾਜ਼ ਹੈ, ਸਿੱਖ ਪੰਥ ਦੀ ਆਵਾਜ਼ ਹੈ, ਖਾਲਸਾ ਪੰਥ ਦੀ ਆਵਾਜ਼ ਹੈ, ਉਹ ਆਵਾਜ਼ ਸਦਾ ਰਹੂਗੀ। ਐਜ਼ ਪਾਰਟੀ ਪ੍ਰੈਜੀਡੈਂਟ ਮੈਂ ਆਪਣੀ ਜ਼ਿੰਮੇਵਾਰੀ ਵੀ ਲੈਣਾ ਜਾਂ ਡਿਫੀਟ ਦੀ ਜ਼ਿੰਮੇਵਾਰੀ ਮੇਰੀ ਹੈ, ਕਿਉਂਕਿ ਐਜ਼ ਅ ਜਨਰਲ ਮੈਂ ਸੀ ਅਤੇ ਮੇਰੇ ਹੁੰਦੇ ਆ ਡਿਫੀਟ ਹੋਈ ਹੈ। ਸੀ ਵੋਟ ਪਰਸੈਂਟੇਜ ਦਾ ਫਰਕ ਪਿਆ। ਇੱਕ ਤੂਫਾਨ ਸੀ ਜਿਹਦਾ ਤੂਫਾਨ ਜਿਹਦਾ ਸਾਰਾ ਹੀ ਸਾਰੀਆਂ ਪਾਰਟੀਆਂ ਦਾ ਫਰਕ ਪਿਆ, ਪਰ ਫਿਰ ਵੀ ਮੈਂ ਇੰਨਾ ਕਹਿਣਾ ਸਾਡੀ ਵਰਕਰ ਬੜੇ ਕਾਇਮ ਹੈ ਅਤੇ ਜਿਹੜੀ ਪਾਰਟੀ ਦੇ ਵਰਕਰ ਕਾਇਮ ਹੋਏ ਜਿੱਤਾਰਾਂ ਤਾਂ ਹੁੰਦੀਆਂ ਰਹਿੰਦੀਆਂ। ਆਹੀ ਵਰਕਰ ਤੁਸੀਂ ਦੇਖੋਗੇ ਅੱਗੇ ਫਤਿਹ ਵੀ ਕਰਨਗੇ। ਜੋ ਬਾਦਲ ਸਾਹਿਬ ਦੀ ਪੋਲੀਟਿਕਸ ਹੈ ਉਹ ਜਿੱਤ ਹਾਰਨਾ ਨਿਰਭਰ ਨਹੀਂ ਸੀ, ਨਾ ਕੋਈ ਮੁੱਖ ਮੰਤਰੀ ਬਣਨਾ ਨਿਰਭਰ ਸੀ। ਜਿਹੜਾ ਲੀਡਰ 16 ਸਾਲ ਜੇਲ੍ਹ ਜਾ ਸਕਦਾ ਹੈ, ਜੇ ਚਾਹੁੰਦੇ ਬਾਦਲ ਸਾਹਿਬ ਤਾਂ 16 ਸਾਲ ਜੇਲ੍ਹ ਦੀ ਬਜਾਏ ਉਹ ਮੁੱਖ ਮੰਤਰੀ ਰਹਿ ਸਕਦੇ ਸੀ, ਅਜਿਹੀ ਆਪਸ਼ਨ ਸੀ। ਉਹ ਸੈਲਫਲੈਸ ਲੀਡਰ ਹੈ, ਉਹਨਾਂ ਨੇ ਜੋ ਸੇਵਾ ਕੀਤੀ ਪੰਜਾਬ ਪ੍ਰਤੀ, ਮੈਨੂੰ ਲੱਗਦਾ ਅੱਜ ਦੀ ਜਨਰੇਸ਼ਨ ਨਹੀਂ ਪਿਛਲੀਆਂ ਜਨਰੇਸ਼ਨਾਂ 'ਚ ਵੀ ਇਹੋ ਜਿਹਾ ਲੀਡਰ ਨਹੀਂ ਜਿਨ੍ਹਾਂ ਨੇ ਇਹੋ ਜਿਹੀ ਸੇਵਾ ਕੀਤੀ ਹੋਈ। ਇਹੋ ਜਿਹੇ ਰਿਜ਼ਲਟ ਦੀ ਤਾਂ ਕਿਸੇ ਨੂੰ ਉਮੀਦ ਨਹੀਂ ਸੀ, ਕਿਉਂਕਿ ਅਸੀਂ ਆਪਣੇ ਵਰਕਰਾਂ ਦਾ ਹੌਸਲਾ ਦੇਖਦੇ ਸੀ, ਆਪਣੇ ਵਰਕਰਾਂ ਦੀ ਮਿਹਨਤ ਦੇਖੀ ਹੈ, ਕਿਸੇ 'ਚ ਕੋਈ ਕਮੀ ਨਹੀਂ ਸੀ। ਤੁਹਾਨੂੰ ਉਦੋਂ ਸ਼ੱਕ ਆਉਂਦਾ ਜੇ ਮਿਹਨਤ ਆਪਣੇ ਵਰਕਰਾਂ ਨੂੰ ਪਤਾ ਲੱਗ ਜਾਵੇ ਮਿਹਨਤ ਨਹੀਂ ਕਰ ਰਹੇ, ਪਰ ਜੇ ਜਾਣ ਮਾਰ ਕੇ ਮਿਹਨਤ ਕਰ ਰਹੇ ਆ, ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ, ਤਾਂ ਉਹ ਤਾਂ ਬੈਡ ਲੱਕ ਹੈ, ਉਹ ਤਾਂ ਹੁੰਦਾ ਹੈ ਜ਼ਿੰਦਗੀ 'ਚ। ਜਿਹੜੇ ਤੁਸੀਂ ਦੇਖੋ ਫੌਜ ਦਾ ਕੰਮ ਆ ਲੜਨਾ ਅਤੇ ਖਾਲਸਾ ਪੰਥ ਨੇ ਤਾਂ ਸਦਾ ਲੜਾਈਆਂ ਲੜੀਆਂ, ਮੁਗਲਾਂ ਦੇ ਖਿਲਾਫ ਲੜਾਈ ਲੜਦੇ ਰਹੇ, ਹਾਰਦੇ ਵੀ ਰਹੇ ਜਿੱਤਦੇ ਵੀ ਰਹੇ। ਇਹਦਾ ਮਤਲਬ ਨਹੀਂ ਹੈ ਕਿ ਹਾਰ ਗਏ ਅਤੇ ਅਸੀਂ ਘਰੇ ਬਹਿ ਗਏ, ਹਾਰਨ ਦਾ ਮਤਲਬ ਹੈ ਕਿ ਹੁਣ ਅਗਲੀ ਵਾਰ ਜਿੱਤਾਂਗੇ।